साडिया खालसे दीआं चार छावणियां जिथे बहुत शहीद सिंह वासा करदे सुण लो हाहे तो दो अखर है श्री हेमकुंड साहब श्री हजूर साहब श्री आनंदपुर साहब श्री मुक्तसर साहब आप पांच सात दिन पहले ही सिंह जाग गए थे दृष्टि वाले कोई काम सीगा मैं क्या उठे श्री मुक्तसर साहब जाइए है उठे बेनती करें तू करा बाबा जी फौजा ने कुछ ताई में एडेड़े सरोवर बनाए ने भी जे छोटे सरोवर नहीं है फौजा तो आई नहीं सकती कहना है तो रात को बारह बजे शुरू कर देने शाम चार बजे तक डूबी लाई फौज मजा ना आती ताइयो तरन तारण साहब का सरोवर इतना बड़ा बनाया इन्हें इन्हें सरोवर कहदे लिए बनाए ने ਤੁਸੀਂ ਤਾਂ ਟੂਟੀਆਂ ਤੇ ਧਾ ਲੈਂਦੇ ਸਰੋਵਰ ਤੇ ਤੁਸੀਂ ਕੱਦਾਂ ਤੇ ਧਾ ਕੇ ਆਉਣਾ ਇਹ ਫੌਜਾਂ ਵਾਸਤੇ ਬਣਾਏ ਹੋਏ ਸਾਡੀਆਂ ਫੌਜਾਂ ਉੱਥੇ ਇਸ਼ਨਾਨ ਕਰਦੀਆਂ ਜਾ ਕੇ ਪੇਸ਼ ਕਰਕੇ ਇਹ ਸਾਰੀਆਂ ਜਿਹੜੀਆਂ ਫੌਜਾਂ ਇਸ਼ਨਾਨ ਕਰਦੀਆਂ ਇਹ ਸਰੋਵਰ ਉਹਨਾਂ ਵਾਸਤੇ ਬਣਾਏ ਚਾਰ ਸਾਡੀਆਂ ਛਾਉਣੀਆਂ ਨੇ ਜਿਹਨਾਂ ਛਾਉਣੀਆਂ ਵਿੱਚ ਆਪਣੀਆਂ ਫੌਜਾਂ ਰਹਿੰਦੀਆਂ ਨੇ ਸਾਧ ਸੰਗਤ ਦੇ ਇੱਧਰਲੀ ਦੁਨੀਆ ਕਦੇ ਭਾਈ ਵੀਰ ਸਿੰਘ ਦਾ ਗੁਰਨਾਮ ਚਮਤਕਾਰ ਕਲਗੀ ਤਾਂ ਚਮਤਕਾਰ ਦਾ ਮੁੱਖ ਬੰਦ ਪੜ੍ਹਿਓ ਉਹਨਾਂ ਨੇ ਲਿਖਿਆ ਇਹ ਦੁਨੀਆ ਐਵੇਂ ਵੀ ਹੈ ਪਰ ਹੋਰ ਨਹੀਂ ਵੀ ਹੈ ਇੱਕ ਦੁਨੀਆ ਹੋਰ ਹੈ ਇੱਕ ਤਾਂ ਸੰਗਤਾਂ ਬੈਠੀਆਂ ਠੀਕ ਹੈ ਤੁਸੀਂ ਦਿਖਦੇ ਹੋ ਪਰ ਇੱਕ ਉਹ ਵੀ ਬੈਠੇ ਨੇ ਉਹਨਾਂ ਨੇ ਦਿਖਦੇ ਹੀ ਨਹੀਂ ਦਿਖਦੇ ਹੀ ਨਹੀਂ ਮੇਰਾ ਨਾਮ ਵੈਸੇ ਗਿਆਨੀ ਠਾਕੁਰ ਸਿੰਘ ਗੱਪੀ ਆ ਉਹਦਾ ਨੈੱਟ ਦੇ ਉੱਤੇ ਮੇਰੇ ਨਾਲ ਗੱਪੀ ਤੇ ਪੌੜੀ ਆ ਵੀ ਬਹੁਤ ਗੱਪ ਛੱਡਦਾ ਹੈ ਪਰ ਜਿਹੜੇ ਸਿੰਘਾਂ ਕੋਲੇ ਕਿਰਪਾ ਹੁੰਦੀ ਹੈ ਸ੍ਰੀ ਆਸਟ੍ਰੇਲੀਆ ਇੱਕ ਵਾਰ ਬੈਠੇ ਕਥਾ ਕਰੀ ਇੱਕ ਸਿੰਘ ਉੱਥੇ ਵੀ ਚੰਗੇ ਸਿੰਘ ਪਈ ਦੇਖਦੇ ਕਹਿੰਦਾ ਮੈਂ ਸੋਚਿਆ ਗਿਆਨੀ ਜੀ ਕਹਿ ਦਿੰਦੇ ਵੀ ਕਥਾ ਸੁਣਨ ਬੜੀਆਂ ਫੌਜਾਂ ਆਉਂਦੀਆਂ ਵੀ ਜੇ ਦਿਖਣ ਤਾਂ ਕਹਿੰਦਾ ਗਿਆਨੀ ਜੀ ਮੈਂ ਤਾਂ ਨਾਲ ਦੇਖਿਆ ਉੱਡਾ ਫਰਲੇ ਵਾਲਾ ਸਿੰਘ ਬੈਠਾ ਮੈਂ ਡਰ ਗਿਆ ਕਹਿੰਦਾ ਕਈ ਬੀਬੀਆਂ ਜੂੜਾ ਕੀਤਾ ਤੇ 17 ਸਚਾਈਆਂ ਬੀਬੀਆਂ ਦੇ ਵਿੱਚ ਬੈਠੀਆਂ ਕਹਿੰਦਾ ਮੈਂ ਕਿਹਾ ਮੈਂ ਸਿੰਘ ਨੂੰ ਪੁੱਛੋ ਮੈਂ ਕਿੱਥੇ ਰਹਿ ਰਹੇ ਹੋ ਕਿੱਥੋਂ ਆ ਰਹੇ ਫਤਿਹ ਬੁਲਾਓ ਮੈਂ ਕਹਿੰਦਾ ਜਦੋਂ ਤੁਸੀਂ ਫਤਿਹ ਬੁਲਾਓ ਉਹ ਇਕਦਮ ਹੀ ਗਾਇਬ ਹੋ ਗਏ ਮੈਂ ਕਿਹਾ ਉਹ ਆਇਆ ਹੁਣ ਤੇਰੇ ਗਿਰ ਤੇਰੇ ਆਖੇ ਲੱਗ ਜਾਣਗੇ ਸੋ ਸਾਧ ਸੰਗਤ ਇਹ ਹੁੰਦਾ ਵੀ